ਉਹ ਜਿੱਥੇ ਵੀ ਸੁਲਤਾਨੀ ਸਾਹਿਬ ਮਹਿਫਲ ਆਉਂਦੀ ਸੀ ਨਾ ਉਹ ਜਾ ਕੇ ਚੱਲੀ ਜਾਂਦੀ ਸੀ। ਇਸੇ ਤਰ੍ਹਾਂ ਕਰਕੇ ਬਿਲੋਸ ਕਮਲੀ ਵਾਲੇ ਦਾ ਜ਼ਿਕਰ ਸੁਣਨ ਵਾਸਤੇ ਸੁਣਾਉਣੇ ਵਾਸਤੇ ਇੱਕ ਦਿਨ ਇੱਕ ਐਸੇ ਘਰ ਦੇ ਅੰਦਰ ਗਈਏ ਤੇ ਉਹ ਕਿਤੇ ਅਮੀਰਾਂ ਦਾ ਘਰ ਸੀ। ਜਦੋਂ ਗਈਏ ਨਾ ਦਰਵਾਜ਼ੇ ਤੇ ਮਹਿਫਲ ਸੁਣਨ ਵਾਸਤੇ ਦਰਵਾਜ਼ੇ ਤੇ ਪਹੁੰਚੀ ਤੇ ਚੌਕੀਦਾਰ ਖੜਿਆ, ਚੌਕੀਦਾਰ ਪੁੱਛਦਾ ਉਹ ਮਾਈ ਕਿੱਥੇ ਜਾ ਰਹੀ ਹੈ? ਮਾਈ ਕਹਿੰਦੀ ਹੈ ਕਿ ਮੈਂ ਜ਼ਹਰਾ ਦੇ ਬਾਬੇ ਦਾ ਜ਼ਿਕਰ ਸੁਣਨ ਆਈ, ਮੈਂ ਕਮਲੀ ਵਾਲੇ ਦਾ ਜ਼ਿਕਰ ਸੁਣਨ ਆਈ ਹਾਂ। ਤੇ ਉਹ ਚੌਕੀਦਾਰ ਕਹਿੰਦਾ ਕਿ ਤੈਨੂੰ ਅੰਦਰ ਅਸਾਂ ਨਹੀਂ ਜਾਣ ਦੇਣਾ ਕਿਉਂਕਿ ਅਮੀਰਾਂ ਦਾ ਘਰ ਹੈ ਤੇ ਇੱਥੇ ਅਮੀਰ ਅੰਦਰ ਆ ਰਹੇ ਨੇ ਤੇ ਜਾ ਰਹੇ ਨੇ, ਗਰੀਬਾਂ ਦੀ ਗੱਲ ਹੀ ਕੋਈ ਨਹੀਂ। ਲੇਕਿਨ ਉਹ ਵੀ ਮੁਹੱਬਤ ਏ ਰਸੂਲ ਰੱਖਣ ਵਾਲੀ ਹੈ। ਉਹ ਕਹਿੰਦੀ ਬੜੇ ਅਫਸੋਸ ਦੀ ਗੱਲ ਹੈ, ਤੂੰ ਕਹਿੰਦਾ ਕਿ ਮਹਿਫਲ ਹੈ ਤੇ ਅਮੀਰਾਂ ਦੀ, ਉਹ ਮਹਿਫਲ ਦੇ ਵਿੱਚ ਅਮੀਰੀ ਗਰੀਬੀ ਨਹੀਂ ਵੇਖੀ ਜਾਂਦੀ, ਦਿਲ ਵੇਖੇ ਜਾ, ਮਹਿਫਲ ਦੇ ਵਿੱਚ ਜ਼ਿਕਰ ਮੁਸਤਫਾ ਦੇ ਵਿੱਚ ਦਿਲ ਨਹੀਂ ਵੇਖੇ, ਦਿਲ ਵੇਖੇ ਜਾਂਦੇ ਨੇ ਅਮੀਰੀ ਗਰੀਬੀ। ਮੈਂ ਅੰਦਰ ਜਾਵਾਂਗੀ, ਉਹ ਜ਼ਬਰਦਸਤੀ ਕਹਿੰਦੀ ਕਿ ਮੈਂ ਅੰਦਰ ਜਾਵਾਂਗੀ। ਜਦੋਂ ਜ਼ਬਰਦਸਤੀ ਅੰਦਰ ਜਾਵਣ ਲੱਗੀ ਨਾ ਉਹਦੇ ਸਾਹਮਣੇ ਨੌਜਵਾਨ ਬੱਚੀ ਖੜੀ ਹੈ ਤੇ ਚੌਕੀਦਾਰ ਨੇ ਤਮਾਚਾ ਮਾਰਿਆ, ਥੱਪੜ ਮਾਰਿਆ ਮਾਂ ਦੇ ਜਨਾਬੇ ਵਾਲਾ ਮੂੰਹ ਦੇ ਤੇ ਨੌਜਵਾਨ ਬੱਚੀ ਦੀ ਅੱਖਾਂ ਚੋਂ ਆਂਸੂ ਆ ਗਏ। ਬੱਚੀ ਰੋ ਕੇ ਕਹਿੰਦੀ ਅੰਮਾ ਜੀ ਜ਼ਾਲਿਮ ਸਾਨੂੰ ਜ਼ਿਕਰੇ ਮੁਸਤਫਾ ਦੀ ਮਹਿਫਲ ਵਿੱਚ ਨਹੀਂ ਜਾਵਣ ਦੇਂਦੇ, ਆ ਅੰਮਾ ਜੀ ਘਰ ਚੱਲਦੇ ਮੈਂ ਕਮਲੀ ਵਾਲੇ ਦਾ ਜ਼ਿਕਰ ਕਰਾਂਗੀ, ਤੂੰ ਸੁਣ ਲਵਿਆ, ਤੂੰ ਜ਼ਿਕਰ ਕਰੇਗੀ ਮੈਂ ਸੁਣ ਲਵਾਂਗੀ। ਮਾਵਾਂ ਧੀਆਂ ਰੋਂਦਿਆਂ ਰੋਂਦਿਆਂ ਘਰ ਦੇ ਅੰਦਰ ਆ ਗਈਆਂ ਨੇ, ਘਰ ਦੇ ਅੰਦਰ ਮਾਂ ਬੈਠ ਗਈ ਹੈ, ਤਿਲਾਵਤ ਕਰਨ ਲੱਗ ਗਈ ਹੈ, ਬੱਚੀ ਸੁਣ ਰਹੀ ਹੈ। ਤਿਲਾਵਤ ਤੋਂ ਬਾਅਦ ਮਾਂ ਨੇ ਨਾਤ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ, ਨਾਤ ਵਾਲਾ ਸਿਲਸਿਲਾ ਖਤਮ ਹੋਇਆ ਹੈ। ਮਾਂ ਨੇ ਕਮਲੀ ਵਾਲੇ ਦਾ ਮਿਲਾਦ ਬਿਆਨ ਕਰ ਦਿੱਤਿਆ ਹੈ, ਮਿਲਾਦ ਸ਼ੁਰੂ ਕਰ ਦਿੱਤਿਆ ਹੈ। ਕਦੀ ਮੇਰੇ ਕਮਲੀ ਵਾਲੇ ਦੀਆਂ ਜ਼ੁਲਫਾਂ ਦਾ ਤਜ਼ਕਰਾ ਕਰ ਰਹੀ ਹੈ, ਕਦੀ ਮੇਰੇ ਮੁਸਤਫਾ ਦੇ ਚਿਹਰੇ ਦਾ ਤਜ਼ਕਰਾ ਕਰਦੀ ਹੈ। ਤਜ਼ਕਰਾ ਕਰ ਕਰਕੇ ਕੀ ਕਹਿੰਦੀਆਂ, ਉਹ ਤੋਂ ਹੈ ਲੈਲੀ ਲੈ ਸਜਾ ਮੈਂ ਬਿਆਨ ਕਰ ਰਹੀ ਹੈ, ਤੇਰੇ ਮੇਰੇ ਨਬੀ ਦੀਆਂ ਜ਼ੁਲਫਾਂ ਦਾ ਤਜ਼ਕਰਾ ਕਰ ਰਹੀ ਹੈ, ਉਹ ਤੇਰੇ ਮੇਰੇ ਨਬੀ ਦੇ ਚਿਹਰੇ ਦਾ ਤਜ਼ਕਰਾ ਕਰਦੀ ਹੈ, ਕਦੀ ਮੇਰੇ ਨਬੀ ਦੇ ਸੀਨੇ ਦਾ ਮੈਂ ਤਜ਼ਕਰਾ ਕਰਦੀ ਹੈ। ਵਾਹ ਕਮਲੀ ਵਾਲੇ ਵਾਹ ਕਮਲੀ ਵਾਲੇ ਉਹ ਤੁਹਾਡੇ ਤੋਂ ਵਾਰੀ ਜਾਵਾ, ਤੁਹਾਡੇ ਤੋਂ ਵਾਰੀ ਜਾਵਾ, ਤੁਸੀਂ ਕਿਹੜੇ ਸੋਹਣੇ ਹੋ, ਤੁਸੀਂ ਕਿਤਨੇ ਲਜਪਾਲੋ, ਸਾਡੀ ਗਰੀਬਾਂ ਦੀ ਮਹਿਫਲ ਕਬੂਲ ਚ ਕਰੋ ਨਾ, ਸਾਡੀ ਗਰੀਬਾਂ ਦੀ ਉਹ ਮਹਿਫਲ ਕਬੂਲ ਚ ਕਰੋ ਨਾ। ਇਤਨੀਆਂ ਗੱਲਾਂ ਪਈਆਂ ਹੁੰਦੀਆਂ ਨੇ, ਦਰਵਾਜ਼ੇ ਤੇ ਦਸਤਕ ਹੋਈ ਏ, ਦਰਵਾਜ਼ਾ ਤੇ ਖੜਕ ਹੋਈ ਏ, ਬੱਚੀ ਦੌੜ ਕੇ ਗਈ ਏ, ਆਉਣੇ ਵਾਲਾ ਕੌਣ ਏ? ਦਰਵਾਜ਼ੇ ਦੇ ਉੱਤੇ ਕਿ ਚਿੱਟੀ ਦਾੜੀ ਵਾਲਾ ਬਾਬਾ ਸੋਹਣਾ ਚਿਹਰਾ ਏ, ਉਹ ਸੋਹਣੀਆਂ
ਜ਼ੁਲਫਾਂ ਨੇ ਉਹ ਸਾਡੇ ਦਰਵਾਜ਼ੇ ਨੂੰ ਚੁੰਮ ਚੁੰਮ ਕੇ ਪਿਆ ਰੋਂਦਾ ਏ, ਸਾਡੇ ਦਰਵਾਜ਼ੇ ਨੂੰ ਚੁੰਮ ਚੁੰਮ ਕੇ ਪਿਆ ਰੋਂਦਾ ਏ। ਬੱਚੀ ਜਲਦੀ ਦੌੜ ਕੇ ਆ ਗਈ ਅੰਮਾ ਦੇ ਕੋਲ, ਅੰਮਾ ਜੀ ਪਤਾ ਨਹੀਂ ਕੌਣ ਏ ਸਾਡੇ ਗਰੀਬ ਖਾਨੇ ਤੇ ਕੋਈ ਦਰਵਾਜ਼ੇ ਤੇ ਚੁੰਮ ਚੁੰਮ ਕੇ ਪਿਆ ਰੋਂਦਾ ਏ। ਐਡਾ ਸੋਹਣਾ ਚਿਹਰਾ ਏ, ਐਡਾ ਸੋਹਣਾ ਚਿਹਰਾ ਏ। ਮਾਂ ਨੇ ਬਿਆਨ ਖਤਮ ਕੀਤਿਆ, ਕਲੋਜ਼ ਕੀਤਿਆ, ਦੌੜ ਕੇ ਆ ਗਈ ਬਾਬੇ ਨੂੰ ਕਹਿੰਦੀ ਵੇ ਬਾਬਾ ਉਹ ਸਾਡਾ ਤਾਂ ਗਰੀਬ ਖਾਨਾ ਏ, ਸਾਡੇ ਗਰੀਬ ਖਾਨੇ ਦੇ ਸਾਡੇ ਗਰੀਬ ਖਾਨੇ ਦੇ ਦਰਵਾਜ਼ੇ ਨੂੰ ਚੁੰਮ ਚੁੰਮ ਕੇ ਪੈ ਕਿਉਂ ਰੋਂਦਾ ਏ। ਬਾਬਾ ਕਹਿੰਦੇ ਨਾ ਪੁੱਛੋ ਇਹ ਆਪਣੀ ਕੋਈ ਰਾਤ ਦੀ ਗੱਲ ਏ। ਬਾਬਾ ਕਹਿੰਦਾ ਮੈਂ ਤੁਹਾਡਾ ਮਿਲਾਦ ਸੁਣਨ ਵਾਸਤੇ ਆਇਆ। ਨਾ ਬਾਬਾ ਤੈਨੂੰ ਵਾਸਤੇ ਮਿਲਾਦ ਵਾਲੀਆਂ ਦੀਆਂ ਜ਼ੁਲਫਾਂ ਦਾ, ਉਹ ਤੈਨੂੰ ਵਾਸਤੇ ਮੁਹੰਮਦ ਸੁਣੇ ਚਿਹਰੇ ਦਾ, ਉਹ ਜ਼ਰਾ ਆਪਣਾ ਤਾਰੁਫ ਤੇ ਦਸਾਨਾ ਇੱਥੇ ਕਿਉਂ ਰੋਂਦਾ ਪਿਆ ਏ, ਕਿਉਂ ਖੜਾ ਏ। ਬਾਬਾ ਕਹਿੰਦੇ ਉਹ ਕੁੜੀਓ ਉਹ ਤੁਹਾਡੀ ਕਿਸਮਤ ਤੇ ਵਾਰੀ ਜਾਵਾ, ਉਹ ਤੁਹਾਡੀ ਕਿਸਮਤ ਤੇ ਸਦਕੇ ਜਾਵਾ, ਉਹ ਜਿਸ ਨਬੀ ਦਾ ਤੁਸੀਂ ਮਿਲਾਦ ਕਰ ਰਹੇ ਹੋ, ਉਹ ਜਿਸ ਨਬੀ ਦਾ ਉਹ ਤੁਸਾਂ ਜ਼ਿਕਰ ਕਰ ਰਹੇ ਹੋ, ਉਹ ਨਬੀ ਇਸੇ ਦਰਵਾਜ਼ੇ ਤੇ ਖੜਾ ਹੋ ਕੇ ਉਹ ਤੁਹਾਡਾ ਮਿਲਾਦ ਸੁਣ ਵੀ ਰਿਹਾ, ਉਹ ਤੁਹਾਡੇ ਮਿਲਾਦ ਸੁਣ ਸੁਣ ਕੇ ਤੁਹਾਨੂੰ ਜਵਾਬ ਵੀ ਦੇ ਰਿਹਾ। ਖੁਸ਼ੀ ਤੋਂ ਅੱਖਾਂ ਤੋਂ ਅਥਰੂਆਂ ਦਾ ਸਲਾਬ ਆ ਗਿਆ, ਬਾਬੇ ਦੇ ਕਦਮਾਂ ਦੇ ਵਿੱਚ ਗਿਰ ਗਈਆਂ। ਬਾਬੇ ਨੂੰ ਰੋਕ ਕੇ ਕਹਿੰਦੇ ਮੈਂ ਬਾਬਾ ਹੈ ਤਾਂ ਤੂੰ ਵੀ ਆਮ ਕੋਈ ਨਹੀਂ, ਤੇਰੀ ਪਹੁੰਚ ਨਬੀ ਤੱਕ ਤੂੰ ਨਬੀ ਨੂੰ ਜਾਣਦਾ ਏ, ਲੇਕਿਨ ਜ਼ਰਾ ਆਪਣਾ ਤਾਰੁਫ ਤੇ ਦੱਸ ਨਾ ਤੂੰ ਕੌਣ ਏ ਤੇਰਾ ਨਾਂ ਕੀ ਏ। ਬਾਬਾ ਕਹਿੰਦਾ ਵੇ ਉਹ ਬੱਚਿਓ ਉਹ ਜਿਹਦੇ ਕੋਲੋਂ ਪਤਾ ਕਰਨਾ ਸੀ ਉਹਦੇ ਕੋਲੋਂ ਪਤਾ ਨੇ ਕੀਤਾ, ਉਹ ਮੇਰੇ ਕੋਲੋਂ ਪਤਾ ਕੀ ਕਰਦੀ ਹੋ। ਵੇ ਬਾਬਾ ਤੈਨੂੰ ਵਾਸਤੇ ਮੁਹੰਮਦ ਦੀਆਂ ਜ਼ੁਲਫਾਂ ਦਾ, ਉਹ ਤੈਨੂੰ ਵਾਸਤੇ ਮੁਹੰਮਦ ਦੇ ਚਿਹਰੇ ਦਾ ਆਪਣਾ ਤਾਰੁਫ ਤੇ ਦੱਸਣਾ। ਜਦੋਂ ਬਾਬੇ ਨੇ ਕਮਲੀ ਵਾਲੇ ਦਾ ਵਾਸਤਾ ਸੁਣਿਆ ਏ, ਬਾਬਾ ਰੋ ਕੇ ਕਹਿੰਦੇ ਮੈਂ ਬੱਚਿਓ ਹੋ ਸਕਦਾ ਮੈਂ ਤੁਹਾਡੇ ਹਰ ਦੇ ਦਰਵਾਜ਼ੇ ਤੇ 100 ਸਾਲ ਵੀ ਨਾ ਆਉਂਦਾ, ਇਹ ਕਮਲੀ ਵਾਲੇ ਦੀਆਂ ਮੁਹੱਬਤਾਂ ਨੇ ਜਿਹੜੀਆਂ ਮੈਨੂੰ ਤੇਰੇ ਦਰਵਾਜ਼ੇ ਤੇ ਲੈ ਆਈਆਂ ਨੇ। ਉਹ ਕੁੜੀਓ ਉਹ ਮੇਰਾ ਨਾਂ ਪੁੱਛਦੀਓ, ਉਹ ਮੇਰਾ ਨਾਂ ਅਬਦੁਲ ਕਾਦਰ ਜਿਲਾਨੀ, ਲੋਕ ਮੈਨੂੰ ਯਾਰਵੀ ਵਾਲਾ ਪੀਰਾ ਦੇ ਨੇ। ਫਰਮਾਇਆ ਲੋਕ ਮੈਨੂੰ ਯਾਰਵੀ ਵਾਲਾ ਪੀਰ ਕਹਿੰਦੇ ਨੇ। ਤਾਰੀਖ ਬਗਦਾਦ ਦੇ ਅੰਦਰ ਇਸ ਵਾਕਿਆ ਨੂੰ